ਦੋਸਤੋ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਟਰੈਸ ਕਿਚਨ ਗਾਰਡਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਪ੍ਰੈਜ਼ੈਂਟ ਕੰਡੀਸ਼ਨ ਦਿਖਾਉਣੀ ਗਾਰਡਨ ਦੀ ਜਦੋਂ ਕਿ ਟੈਂਪਰੇਚਰ 47 ਡਿਗਰੀ ਤੋਂ ਵੀ ਉੱਪਰ ਜਾ ਰਿਹਾ ਸੋ ਤੁਹਾਨੂੰ ਦਿਖਾਉਨੇ ਆ ਕਿਹੜੀ ਕਿਹੜੀ ਫਰੂਟਿੰਗ ਜਾਂ ਕਹੋ ਸਬਜ਼ੀਆਂ ਜਿਹੜੀਆਂ ਸਾਡੀ ਛੱਤ ਉੱਪਰ ਜਿਹੜੀਆਂ ਲੱਗੀਆਂ ਨੇ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਇੱਥੋਂ ਨਵੀਂ ਚੀਜ਼ ਆਪਾਂ ਦੁਬਾਰਾ ਕਿਹੜੀ ਲਾਈ ਆ ਜੀ ਅਸੀਂ ਭਿੰਡੀਆਂ ਨੂੰਗਾਉਣ ਦੀ ਬੜੀ ਕੋਸ਼ਿਸ਼ ਕੀਤੀ ਸਾਡੀ ਐਸਕੇਰੀ ਦੇ ਵਿੱਚ ਸਾਡੀਆਂ ਭਿੰਡੀਆਂ ਦੋਸਤੋ ਫੇਲ ਹੋ ਗਈਆਂ ਸੀ ਸੋ ਇੱਥੇ ਕਾਰਨ ਇੱਕੋ ਇੱਕ ਸੀ ਕਿ ਇੱਥੇ ਛਾਂ ਬਹੁਤ ਜ਼ਿਆਦੀ ਸੀ ਜੇ ਕੋਈ ਥੋੜੀ ਬਹੁਤੀ بارش ਵੀ ਹੁੰਦੀ ਸੀ ਤੇ ਇੱਥੇ ਜਿਹੜਾ ਆ ਕਿਆਰੀ ਜਿਹੜੀ ਹੈ ਜਿਆਦਾ ਗਿੱਲੀ ਹੋ ਜਾਂਦੀ ਸੀ ਸੋ ਜੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਭਿੰਡੀਆਂ ਨੂੰ ਅਸੀਂ ਇਸ ਵਾਰ ਡਰਮ ਵਾਲੀਆਂ ਕਿਆਰੀਆਂ ਦੇ ਵਿੱਚ ਲਾਇਆ ਤੁਸੀਂ ਜਿਹੜੇ ਨਵੇਂ ਸਾਡੇ ਨਾਲ ਜੁੜੇ ਹੋ ਜੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਤਰ੍ਹਾਂ ਡਰਮ ਵਾਲੀਆਂ ਕਿਆਰੀਆਂ ਬਣਾਈਆਂ ਜੀ ਡਰਮ ਦੋ ਤਰੀਕੇ ਨਾਲ ਅਸੀਂ ਵਰਤੇ ਆ ਇੱਕ ਤਾਂ ਲੰਮੇ ਰੋਗ ਡਰਮਾਂ ਨੂੰ ਕਟਵਾ ਕੇ ਅਸੀਂ ਕਿਆਰੀ ਬਣਾਈਆਂ ਦੂਸਰਾ ਤੁਹਾਨੂੰ ਅੱਗੇ ਵੀਡੀਓ ਵਿੱਚ ਦਿਖਾਉਣੀ ਹੈ ਕਿ ਕਿਸ ਤਰ੍ਹਾਂ ਅਸੀਂ ਫਰੂਟਿੰਗ ਵਾਲੇ ਪਲਾਂਟ ਜਿਹੜੇ ਆਪਾਂ ਫਲਾਂ ਵਾਲੇ ਜਿਹੜੇ ਬੂਟੇ ਆ ਨਾ ਉਹ ਅਸੀਂ ਗੋਲ ਡਰਮਾ ਦੇ ਵਿੱਚ ਕੱਟ ਕੇ ਲਾਏ ਹੋਏ ਨੇ ਆ ਦੇਖੋ ਜੀ ਪਿੰਡੀਆਂ ਜਿਹੜੀਆਂ ਅਸੀਂ ਇਹਨਾਂ ਦੇ ਬੀਜ ਜਿਹੜੇ ਨਵੇਂ ਖਲਾਰੇ ਨੇ ਦੋ ਤਰੀਕੇ ਅਸੀਂ ਵਰਤੇ ਆ ਜੀ ਇੱਕ ਤਾਂ ਇਸ ਤਰ੍ਹਾਂ ਮਿੱਟੀ ਨੂੰ ਅਸੀਂ ਮਿਕਸ ਕਰਕੇ ਸਿੱਧੇ ਸੁੱਟ ਦਿੱਤੇ ਦੂਸਰਾ ਕੀ ਕੀਤਾ ਛੋਟੀਆਂ-ਛੋਟੀਆਂ ਇੱਥੇ ਬੱਟਾਂ ਬਣਾਈਆਂ ਜੀ ਦੇਖਣਾ ਤਰੀਕਾ ਕਿਹੜਾ ਕਾਮਯਾਬ ਹੁੰਦਾ ਕਿਉਂਕਿ ਇੱਥੇ ਵੀ ਕੋਸ਼ਿਸ਼ ਕੀਤੀ ਸੀ ਜ਼ਿਆਦਾ ਪਾਣੀ ਅਸੀਂ ਦੇ ਦਿੱਤਾ ਤੇ ਇੱਥੇ ਪਿੰਡੀਆਂ ਵਧੀਆ ਸਾਡੇ ਕੋਲ ਨਹੀਂ ਹੋਈਆਂ ਸੋ ਜੀ ਇੱਧਰ ਕੋ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਵੀ ਡਰਮ ਦੇ ਵਿੱਚ ਇਹ ਪਿੰਡੀਆਂ ਸੀ ਪਹਿਲਾਂ 놔 ਦਿੱਤੀਆਂ ਸੀ ਸੋ ਕੋਸ਼ਿਸ਼ ਕਰਦੇ ਪਏ ਆ ਕਿ ਪਿੰਡੀਆਂ ਨੂੰ ਅਸੀਂ ਸਹੀ ਸਲਾਮਤ ਜਿਹੜਾ ਉਗਾਲੀਏ ਅੱਗੇ ਚੱਲਦੇ ਜੀ ਅੱਗੇ ਸਾਡੇ ਕੋਲ ਇਸ ਤਰ੍ਹਾਂ ਦੀ ਡਰਮ ਵਾਲੀਆਂ ਕਿਆਰੀਆਂ ਵੀ ਤੁਸੀਂ ਵੇਖੋ ਆਚਾਰੀ ਮਿਰਚਾਂ ਵੱਡੀਆਂ ਮਿਰਚਾਂ ਜਿਨ੍ਹਾਂ ਨੂੰ ਕਹਿ ਦਿੰਦੇ ਨੇ ਤੁਸੀਂ ਸਾਈਜ਼ ਦੇਖੋ ਮੇਰੇ ਹੱਥ ਤੋਂ ਵੀ ਇਹਦਾ ਲੰਮਾ ਸਾਈਜ਼ ਹੋ ਚੁੱਕਿਆ ਇਹ ਮਿਰਚਾਂ ਵੀ ਤੁਸੀਂ ਆਪਣੇ ਛੱਤ ਵਾਲੇ ਗਾਰਡਨ ਦੇ ਵਿੱਚ ਲਾ ਸਕਦੇ ਹੋ ਇਧਰ ਜੀ ਸਾਡੇ ਕੋਲ ਬੱਲਾਂ ਜਿਹੜੀਆਂ ਅਸੀਂ ਇਧਰ ਲਾਈਆਂ ਗਰੋ ਬੈਗ ਦੇ ਵਿੱਚ ਜੇ ਤੁਸੀਂ ਛੱਤ ਉੱਪਰ ਬੱਲਾਂ ਲਾਉਣੀ ਹੈ ਜੀ ਤੇ ਗਰੋ ਬੈਗ ਦਾ ਜਿਹੜਾ ਸਾਈਜ਼ ਆ ਉਹ ਘੱਟੋ ਘੱਟ ਵੀ 18x22 18 ਇੰਚ ਤੋਂ ਵੱਡਾ ਹੋਣਾ ਚਾਹੀਦਾ ਤੁਸੀਂ ਦੁਬਾਰਾ ਸਮਝ ਲਓ ਜੀ ਇਹਦੀ ਜਿਹੜੀ ਚੌੜਾਈ ਹੈ ਉਹ 18 ਇੰਚ ਦੇ ਕਰੀਬ ਹੋਣੀ ਚਾਹੀਦੀ ਹੈ ਹਾਈਟ ਵੀ ਜਿਹੜੀ 18 ਇੰਚ ਦੇ ਕਰੀਬ ਕਹਿੰਦੇ ਵਾਇਤੋਂ ਵੱਡੀ ਹਾਈਟ ਜਾਂ ਵੱਡੀ ਚੌੜਾਈ ਤੁਸੀਂ ਉਹ ਗਰੋ ਬੈਗ ਲੈਣਾ ਆਨਲਾਈਨ ਮਿਲ ਜਾਂਦੇ ਜੀ ਗਰੋ ਬੈਗ ਕੋਈ ਪਰੇਸ਼ਾਨੀ ਨਹੀਂ ਹੁੰਦੀ ਲੈਂਡ ਦੇ ਵਿੱਚ ਵੀਡੀਓ ਦੇ ਐਂਡ ਵਿੱਚ ਵੀ ਤੁਹਾਨੂੰ ਜਿਹੜਾ ਡਿਸਕ੍ਰਿਪਸ਼ਨ ਲਿੰਕ Amazon ਦਾ ਮਿਲ ਜਾਊ ਤੁਸੀਂ ਉੱਥੋਂ ਵੀ ਲੈ ਸਕਦੇ ਜੀ ਇਸ ਤਰ੍ਹਾਂ ਸਾਡੀਆਂ ਜਿਹੜੀਆਂ ਕਰੇਲੇ ਦੀਆਂ ਵੱਲਾਂ ਇੱਧਰ ਅਸੀਂ ਲਾਈਆਂ ਹੈਗੀਆਂ ਫਰੂਟਿੰਗ ਇੱਥੋਂ ਆਉਣੀ ਸ਼ੁਰੂ ਹੋ ਚੁੱਕੀ ਹੈ ਦੋ ਤਿੰਨ ਵਾਰ ਅਸੀਂ ਕਰੇਲੇ ਇੱਥੋਂ ਹਾਰਵੈਸਟ ਕਰਲੇ ਦੀ ਵੀਡੀਓ ਵੀ ਆਪਾਂ ਪਾਈ ਸੀ ਤੇ ਦੋਸਤੋ ਤੁਸੀਂ ਜੇਕਰ ਵੱਲਾਂ ਦੀ ਸਬਜ਼ੀ ਲਾਉਣੀ ਆ ਤੇ ਇਸ ਤਰ੍ਹਾਂ ਤੁਹਾਨੂੰ ਜਿਹੜਾ ਨਾ ਜਾਲ ਜ਼ਰੂਰ ਬਣਾਉਣਾ ਪੈਣਾ ਜ਼ਰੂਰੀ ਹੁੰਦਾ ਹੈ ਜੀ ਓਨੀ ਜ਼ਿਆਦਾ ਜਿਹੜੀ ਸਬਜ਼ੀ ਆ ਜਾਂ ਫਰੂਟਿੰਗ ਲੱਗੂਗੀ ਜਾਲ ਤੁਸੀਂ ਬਣਾਇਆ ਹੋਊਗਾ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਅਸੀਂ ਆਪਣੀ ਛੱਤ ਉੱਪਰ ਸੀਮਿੰਟ ਵਾਲੀਆਂ ਕਿਆਰੀਆਂ ਬਣਾਈਆਂ ਛੱਤ ਉੱਪਰ ਤੁਸੀਂ ਗਾਰਡਨਿੰਗ ਦੇਖੀ ਹੋਣੀ ਹੈ ਪਰ ਜਿਹੜੀਆਂ ਸੀਮਿੰਟ ਵਾਲੇ ਕਿਆਰੀਆਂ ਬਹੁਤ ਘੱਟ ਬਣਾਈਆਂ ਜਾਂਦੀਆਂ ਕਿਉਂਕਿ ਸਭ ਤੋਂ ਵੱਡਾ ਇਸ਼ੂ ਹੁੰਦਾ ਜੀ ਵਜ਼ਨ ਦਾ ਪਰ ਅਸੀਂ ਕੀ ਕੀਤਾ ਤੁਸੀਂ ਦੇਖੋ ਕਿਆਰੀ ਜਿਹੜੀ ਹੈ ਨਾ ਇਹ 18 ਫੁੱਟ ਦੇ ਕਰੀਬ ਸਾਡੇ ਕੋਲ ਲੰਮੀ ਕਿਆਰੀ ਹੈ ਇਸ ਦੀ ਚੌੜਾਈ ਜਿਹੜੀ ਹੈ 2.5 ਫੁੱਟ ਦੇ ਕਰੀਬ ਹੈਗੀ ਹੈ ਸੋ ਡਿਸਟ੍ਰਿਬਿਊਟਡ ਜੇ ਵਜ਼ਨ ਹੁੰਦਾ ਕੋਈ ਇੰਨਾ ਫਰਕ ਨਹੀਂ ਪੈਂਦਾ ਤੁਸੀਂ ਕਿਆਰੀ ਬੇਚਜ ਕੋ ਕੇ ਬਣਾ ਸਕਦੇ ਜੇ ਇਸੇ तरीके ਨਾਲ ਤੁਸੀਂ ਦੇਖੋ ਅਸੀਂ ਇੱਕ ਕਿਆਰੀ ਛੱਤ ਦੇ ਵਿੱਚਕਾਰ ਬਣਾਈ ਹੋਈ ਹੈ ਤੇ ਇਹਦੀ ਦੋਸਤੋ ਜਿਹੜੀ ਚੌੜਾਈ ਹੈਗੀ ਆ 2 ਫੁੱਟ ਦੇ ਕਰੀਬ ਆ ਤੇ ਉਚਾਈ ਦੀ ਜੇ ਗੱਲ ਕਰੀਏ ਤਾਂ 1 ਫੁੱਟ ਦੇ ਕਰੀਬ ਉਚਾਈ ਹੁੰਦੀ ਹੈ ਤੁਸੀਂ 10 ਇੰਚ ਤੱਕ ਇਹਦੇ ਵਿੱਚ ਮਿੱਟੀ ਪਾ ਸਕਦੇ ਹੋ ਤੇ ਐਸ ਕਿਆਰੀ ਵਿੱਚ ਤੁਸੀਂ ਦੇਖੋ ਅਸੀਂ ਅਲੱਗ-ਅਲੱਗ ਸਬਜ਼ੀਆਂ ਲਾਈਆਂ शिमला ਮਿਰਚ ਸਾਡੇ ਕੋਲ ਇਹਦੇ ਰਿਜ਼ਲਟ ਦੇਖ ਸਕਦੇ ਹੋ ਜੀ ਆਹ ਦੇਖੋ ਤੇ ਇਸੇ ਤਰੀਕੇ ਨਾਲ ਆਹ ਦੇਖੋ शिमला ਮਿਰਚਾਂ ਇੱਥੇ ਲੱਗੀਆਂ ਹੋਈਆਂ ਨੇ ਦੋਸਤੋ ਗਮਲਿਆਂ ਦੇ ਵਿੱਚ ਇਸ ਤੋਂ ਵਧੀਆ ਰਿਜ਼ਲਟ ਹੈਗੇ ਆ ਜਿਹੜੇ ਤੁਹਾਨੂੰ ਅੱਗੇ ਦਿਖਾਉਣੇ ਆ ਤੇ ਬਤਾऊं ਅਲੱਗ-ਅਲੱਗ ਕੁਆਲਿਟੀ ਹੈਗੇ ਸਾਡੇ ਕੋ ਕੁਝ ਗੋੜ ਬਤਾऊं ਨੇ ਲੰਬੇ ਬਤਾऊं ਸਾਰੇ ਅਸੀਂ ਇਹਦੇ ਵਿੱਚ ਹੀ ਲਾਏ ਹੋਏ ਆ ਤੇ ਆ ਤੁਸੀਂ ਦੋਸਤੋ ਦੇਖ ਸਕਦੇ ਹੋ ਸਾਡੇ ਕੋ ਲੋਬੀਆ ਦੀ ਜਿਹੜੀ ਅਸੀਂ ਇੱਥੇ ਵੇਲ ਲਈ ਹੋਈ ਆ ਲੋਬੀਆ ਦੇਖੋ ਇਹ ਦੋਸਤੋ ਖਲਾਰਾ ਬੜਾ ਇਹਦਾ ਹੋਇਆ ਪਿਆ ਇੱਥੇ ਅਸੀਂ ਕੋਸ਼ਿਸ਼ ਕੀਤੀ ਆ ਕਿ ਇਨੂੰ ਇਹਦੀ ਬਾਉਂਡਰੀ ਕਰ ਦਿੱਤੀ ਜਾਵੇ ਤੁਸੀਂ ਦੇਖੋ ਅਸੀਂ ਵਾਂਸ ਦੇ ਆ ਜਿਹੜਾ ਬਣਾ ਕੇ ਇੱਕ ਬਾਉਂਡਰੀ ਇਹਦੀ ਬਣਾਤੀ ਆ ਕਿਉਂਕਿ ਇਹ ਜਿਆਦਾ ਹੀ ਫੈਲ ਜਾਂਦੀ ਜੇ ਤੁਸੀਂ ਲੌਬੀ ਆ ਵਗੈਰਾ ਜਾਂ ਬੀਨਸ ਵਾਲੀਆਂ ਸਬਜ਼ੀਆਂ ਲਾਉਣੀਆਂ ਆ ਕੋਸ਼ਿਸ਼ ਕਰੋ ਜਿੱਥੇ ਜਗ੍ਹਾ ਤੁਹਾਡੇ ਕੋਲ ਖੁੱਲੀ ਜਿਆਦੀ ਹੈਗੀ ਆ ਸੋ ਇਹਨੇ ਸਾਰਾ ਰਸਤਾ ਹੀ ਇੱਥੇ ਬੰਦ ਕਰ ਦਿੱਤਾ ਇਹ ਕਿਆਰੀ ਸਾਡੇ ਕੋਲ ਵਿਹਲੀ ਆ ਜੀ ਇਹਨੂੰ ਅਸੀਂ ਕੋਈ ਬਾਉਂਡਰੀ ਨਹੀਂ ਲਾਈ ਇਹਨੂੰ ਵਧਨ ਦਿੱਤਾ ਕਿ ਜਿੰਨੀ ਵਧੂਗੀ ਓਨੀ ਹੀ ਇਹਦੇ ਉੱਤੇ ਫਰੂਟਿੰਗ ਜਿਹੜੀ ਆਉਣੀ ਆ ਜੀ ਆ ਤੁਸੀਂ ਇਧਰੋਂ ਦੇਖੋ ਇਸੇ ਹੀ ਕਿਆਰੀ ਦੇ ਵਿੱਚ ਨਤੀਜੇ ਦੇ ਸਕਦੇ ਹੋ ਜੀ ਆ ਤੁਸੀਂ ਦੇਖੋ ਕਿਟਿ-ਕਿਟਿ ਬੈਂਗਣ ਜਿਹੜੇ ਨੇ ਇਹਦੇ ਉੱਪਰ ਜਿਹੜੇ ਲੱਗੇ ਹੋਏ ਨੇ ਸੋ ਤੁਸੀਂ ਕਿਆਰੀਆਂ ਦੇ ਵਿੱਚ ਵੀ ਇਹ ਚੀਜ਼ਾਂ ਨੂੰ ਲਾ ਸਕਦੇ ਹੋ ਜੀ ਇੱਕ ਹੋਰ ਗੱਲ ਹੈ ਜੀ ਕਿਆਰੀ ਜਿਹੜੀ ਆ ਕਈ ਵਾਰ ਮਨջ ਡਰ ਹੁੰਦਾ ਹੈ ਕਿ ਜੇ ਕਿਆਰੀਆਂ ਬਣਾਈਆਂ ਆਪਾਂ ਪਾਣੀ ਲਗਾਤਾਰ ਲਾਉਣੇ ਨਾਲ ਦੇ ਵਿੱਚ ਕੋਈ ਜਿਹੜੀ ਲੀਕੇਜ ਦੀ ਸਮੱਸਿਆ ਜਾਂ ਥੱਲੇ ਸਲ੍ਹਾਵ ਦੀ ਸਮੱਸਿਆ ਕੋਈ ਦੋਸਤੋ ਇਸ ਤਰ੍ਹਾਂ ਦਾ ਕੋਈ ਅਜੇ ਤੱਕ ਅਸੀਂ ਪ੍ਰੋਬਲਮ ਜਿਹੜੀ ਫੇਸ ਨਹੀਂ ਕੀਤੀ ਹੈਗੀ ਕਿਉਂਕਿ ਇਹਨਾਂ ਦੇ ਵਿੱਚ ਅਸੀਂ ਟਾਈਲਸ ਲਾਈਆਂ ਹੋਈਆਂ ਜਿਹੜੀਆਂ ਤੁਸੀਂ ਅਕਸਰ ਹੀ ਦੇਖਿਆ ਹੋਣਾ ਕਿ ਜਿਹੜੀਆਂ ਟਾਈਲਸ সুই밍 ਪੂਲ ਦੇ ਵਿੱਚ ਲਾਈਆਂ ਜਾਂਦੀਆਂ ਨਾ ਉਹ ਲਾਈਆਂ ਨੇ ਸੋ ਪਾਣੀ ਇਸ ਹਰਾਬ ਜਿਹੜੀ ਉਹ ਥੱਲੇ ਨਹੀਂ ਜਾਂਦੀ ਇੱਕ ਚੀਜ਼ ਦਾ ਖਾਸ ਖਿਆਲ ਰੱਖਣਾ ਜੇ ਤੁਸੀਂ ਸਬਜ਼ੀਆਂ ਲਾਈਆਂ ਹੋਈਆਂ ਚਾਹੇ ਤੁਸੀਂ ਜ਼ਮੀਨ ਤੇ ਲਾਈਆਂ ਜਾਂ ਤੁਸੀਂ ਸਾਡੇ ਵਾਂਗ ਟਰੈਸ ਕਿਚਨ ਗਾਰਡਨ ਬਣਾਇਆ ਹੋਇਆ ਤੇ ਕੋਸ਼ਿਸ਼ ਕਰੋ ਫੁੱਲਾਂ ਵਾਲੇ ਬੂਟੇ ਜ਼ਰੂਰ ਲਾਏ ਜਾਣ ਕਿਉਂਕਿ ਗਰਮੀਆਂ ਬਹੁਤ ਜ਼ਿਆਦੀ ਹੀਟ ਹੈ ਤੇ ਇੱਕ ਦੁਪਹਿਰ ਖਿੜੀ ਜਿਹਨੂੰ ਫੋਟੋਨਿਕਾ ਕਹਿਆ ਜਾਂਦਾ ਇਹ ਤੁਸੀਂ ਆਪਣੇ ਗਾਰਡਨ ਦੇ ਵਿੱਚ ਜਰੂਰ ਲਾਓ ਕਿਉਂਕਿ ਜਿਹੜੇ ਇਹਦੇ ਫੁੱਲ ਨਿਕਲਣਗੇ ਇਹਦੇ ਉੱਪਰ ਉਹ ਮੱਖੀਆਂ ਵਗੈਰਾ ਆਉਣਗੀਆਂ ਜਿਹੜੀਆਂ ਪੋਲੀਨੇਸ਼ਨ ਦੇ ਵਿੱਚ ਸਹਾਇਕ ਹੋਣਗੀਆਂ ਕਿਉਂਕਿ ਜ਼ਿਆਦਾਤਰ ਸਬਜ਼ੀਆਂ ਪੋਲੀਨੇਸ਼ਨ ਕਰਕੇ ਹੀ ਹੁੰਦੀਆਂ ਜਦੋਂ ਮੇਲ ਫਲਾਵਰ ਤੋਂ ਪੋਲਨਸ ਫੀਮੇਲ ਫਲਾਵਰ ਤੱਕ ਜਾਂਦੇ ਹੈ ਤਾਂ ਦੀ ਜਿਹੜੀ ਫਰੂਟਿੰਗ ਉਹ ਬਣਦੀ ਹੈ ਜੀ ਆਓ ਹੁਣ ਲੈ ਕੇ ਚੱਲਦੇ ਹਾਂ ਐਸਐਸ ਵਿੱਚ ਪਿਛਲੀ ਵੀਡੀਓ ਵਿੱਚ ਵੀ ਤੁਸੀਂ ਦੇਖਿਆ ਹੋਣਾ ਅੱਜ ਮੇਨ ਮਕਸਦ ਤੁਹਾਨੂੰ ਦਿਖਾਉਣਾ ਹੈਗਾ ਜੀ ਇੰਨੀ ਐਕਸਟ੍ਰੀਮ ਗਰਮੀ ਦੇ ਵਿੱਚ ਸਾਡੀ ਫਰੂਟਿੰਗ ਕਿਸ ਤਰ੍ਹਾਂ ਦੀ ਲੱਗੀ ਆ ਤੁਸੀਂ ਸਾਡਾ ਮਿਰਚਾਂ ਦਾ ਖੇਤ ਦੇਖ ਸਕਦੇ ਹੋ ਤੁਸੀਂ ਦੇਖੋ ਮਿਰਚਾਂ ਲਾਲ ਹੋਣੀਆਂ ਸ਼ੁਰੂ ਹੋ ਚੁੱਕੀਆਂ ਆਂ ਆਹ ਸ਼ਿਮਲਾ ਮਿਰਚਾਂ ਦੇਖੋ ਤੁਸੀਂ ਦੋਸਤੋ ਮੈਂ ਤੁਹਾਨੂੰ ਨਤੀਜੇ ਦਿਖਾਉਣੇ ਕਿਉਂਕਿ ਬਹੁਤ ਸਾਰੀਆਂ ਤੁਸੀਂ ਵੀਡੀਓਜ਼ ਸੋਸ਼ਲ ਮੀਡੀਆ ਤੇ ਦੇਖੀਆਂ ਹੋਣਗੀਆਂ ਤੁਹਾਨੂੰ ਬੂਟੇ ਲਾਏ ਦਿਖਾਏ ਜਾਂਦੇ ਨੇ ਹੋਰ ਪਤਾ ਨਹੀਂ ਕੀ ਕੀ ਦੇਖਣ ਨੂੰ ਮਿਲਦਾ ਕਿ ਸੇਬਾਂ ਦੇ ਬੂਟੇ ਦੇ ਵਿੱਚ ਹੀ ਜਿਹੜਾ ਆ ਉਹ ਅਨਾਰ ਦਾ ਬੂਟਾ ਪੈਦਾ ਕਰ ਦਿੰਦੇ ਨੇ ਸਭ ਕੁਝ ਉਹ ਫੇਕ ਹੁੰਦਾ ਹੈ ਜਿਹੜੀ ਚੀਜ਼ ਰੀਅਲ ਹੋ ਰੀਅਲ ਹੀ ਰਹਿਣੀ ਹੁੰਦੀ ਸੋ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਦੋਂ ਵੀ ਕੋਈ ਗਾਰਡਨਿੰਗ ਦੀ ਵੀਡੀਓ ਦਿਖਾਈ ਜਾਏ ਪਹਿਲਾਂ ਅਸੀਂ ਉਹਦੇ ਰਿਜ਼ਲਟ ਪੈਦਾ ਕਰਦੇ ਹਾਂ ਖੁਦ ਉਹਨੂੰ ਕਰਕੇ ਦੇਖਦੇ ਹਾਂ ਫਿਰ ਅਸੀਂ ਤੁਹਾਡੇ ਤੱਕ ਲੈ ਕੇ ਆਉਨੇ ਹਾਂ ਤੁਸੀਂ ਦੇਖੋ ਗਮਲੇ ਦੇ ਵਿੱਚ ਤੁਹਾਡੇ ਸਾਹਮਣੇ ਇਸ ਟਾਈਮ ਦੋ ਚੀਜ਼ਾਂ ਨੇ ਜੀ Shimla mirch ਤੇ ਆਮ ਜਿਹੜੀ ਹਰੀ ਮਿਰਚ ਤੁਸੀਂ ਆਹ ਦੇਖੋ ਇਹਦੀ ਫਰੂਟਿੰਗ ਦੇਖੋ ਇੱਕ ਧਿਆਨ ਰੱਖਣਾ ਜੀ ਤੁਸੀਂ 12x22 12 ਇੰਚ ਦਾ ਗਰੋ ਬੈਗ ਹੈ ਦੋਸਤੋ ਜਦੋਂ ਵੀ ਤੁਸੀਂ ਛੱਤ ਉੱਪਰ ਸਬਜ਼ੀਆਂ ਲਾਉਣੀਆਂ ਐ ਕੋਸ਼ਿਸ਼ ਕਰਨੀਆਂ ਬੱਲਾਂ ਵਾਲੇ ਪੂਟੇ ਦੀ ਦੋਸਤੋ ਆਪਾਂ ਗੱਲ ਨਹੀਂ ਕਰਦੇ ਉਹਦੇ ਲਈ ਗਰੋ ਬੈਗ ਵੱਡੇ ਚਾਹੀਦੇ 18x18 ਇੰਚ ਤੋਂ ਜਿੱਥੇ ਤੁਸੀਂ ਮਿਰਚਾਂ ਸ਼ਿਮਲਾ ਮਿਰਚ ਬੈਂਗਣ ਵਗਾਇਦਾ ਸਬਜ਼ੀਆਂ ਲਾਉਣੀਆਂ ਤੁਸੀਂ 12x12 ਇੰਚ ਤੋਂ ਛੋਟਾ ਗਰੋ ਬੈਗ ਨਹੀਂ ਇਸਤੇਮਾਲ ਕਰਨਾ ਤੁਸੀਂ ਇਹ ਦੇਖੋ 12x12 ਇੰਚ ਦੇ ਗਰੋ ਬੈਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਦੇਖੋ ਮਿਰਚਾਂ ਲੱਗੀਆਂ ਨੇ ਜਾਂ ਸ਼ਿਮਲਾ ਮਿਰਚਾਂ ਦੀ ਗੱਲ ਕਰੀਏ ਇਸੇ ਤਰੀਕੇ ਨਾਲ ਸਾਡੇ ਕੋਲ ਇੱਧਰ ਜਿਹੜਾ ਦੇਖੋ ਬਤਾਉਂ ਵੀ ਤੁਸੀਂ ਸਾਈਜ਼ ਦੇ ਸਕਦੇ ਹੋ ਦੋਸਤੋ 12x12 ਜਿਹਦੇ ਗਰੋ ਬੈਗ ਦੇ ਵਿੱਚ ਹੀ ਇਹ ਹੈਗੇ ਆ ਇੱਕ ਤੁਸੀਂ ਧਿਆਨ ਰੱਖਣਾ ਕਿ ਜਦੋਂ ਵੀ ਤੁਸੀਂ ਇਹਨਾਂ ਗਰੋ ਬੈਗਸ ਦੇ ਵਿੱਚ ਇਹਨਾਂ ਬੂਟਿਆਂ ਨੂੰ ਲਾਉਣਾ ਹੈ ਤਾਂ ਤੁਸੀਂ ਕੇਵਲ ਇੱਕ ਬੂਟਾ ਹੀ ਲਾਉਣਾ ਹੈ ਇਹ ਜ਼ਰੂਰ ਧਿਆਨ ਤੁਸੀਂ ਰੱਖਣਾ ਚਲੋ ਦੋਸਤੋ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਤੁਸੀਂ ਦੇਖੋ ਇੱਧਰ ਸਾਡਾ ਬੈਂਗੜ ਦਾ ਪੂਰਾ ਖੇਤ ਬਣਿਆ ਹੋਇਆ ਹੈ ਸੀਮਿੰਟ ਵਾਲੀ ਕਿਆਰੀ ਹੈ ਇਹਦੇ ਵਿੱਚ ਅਸੀਂ ਦੇਖੋ ਸਾਰੇ ਇੱਥੇ ਬਤਾਉਂ ਹੀ ਲਾਏ ਹੋਏ ਨੇ ਹੁਣ ਦੋਸਤੋ ਇੱਕ ਸਵਾਲ ਮਨ ਦੇ ਵਿੱਚ ਹੋਰ ਆਉਂਦਾ ਆ ਤੁਹਾਨੂੰ ਸਲਾਹ ਬਾਰੇ ਤਾਂ ਦੱਸ ਦਿੱਤਾ ਤੁਸੀਂ ਸੋਚਦੇ ਹੋਣੇ ਕਿ ਇਹਨਾਂ ਦੇ ਵਿੱਚ ਇੰਨੀ ਮਿੱਟੀ ਜਿਹੜੀ ਅਸੀਂ ਭਰੀ ਆ ਛੱਤ ਇਹਦਾ ਵਜ਼ਨ ਕਿਸ ਤਰ੍ਹਾਂ ਇਹਨਾਂ ਝੱਲ ਲੈਂਦੀ ਕਿਉਂਕਿ ਸਾਡੀ ਛੱਤ ਕੋਈ ਬਾਲੀ ਕੋਈ ਬੀਮ ਜਾਂ ਪਿੱਲਰਾਂ ਵਾਲੀ ਛੱਤ ਨਹੀਂ ਹੈਗੀ ਜੀ ਇਹ ਸਾਰੀ ਛੱਤ ਦੇ ਵਿੱਚ ਕੋਈ ਵੀ ਸਾਡੇ ਪਿੱਲਰ ਨਹੀਂ ਹੈਗਾ ਇਹ ਕੰਦਾ ਦੇ ਉੱਪਰ ਪੁਰਾਣੀ ਛੱਤ ਹੈ ਤੁਸੀਂ ਦੇਖੋ ਅਸੀਂ ਇੰਨਾ ਜਿਹੜਾ ਇਹਦੇ ਉੱਪਰ ਤਾਮ ਝਾਮ ਰੱਖਿਆ ਹੋਇਆ ਇਹਨੇ ਗਮਲੇ ਰੱਖੇ ਆ ਤਕਰੀਬਨ ਸਾਡੇ ਕੋਲ 500 ਤੋਂ ਉੱਪਰ ਗਮਲੇ ਜਿਹੜਾ ਸਾਡੀ ਛੱਤਾਂ ਦੇ ਉੱਪਰ ਹੀ ਪਿਆ ਹੈਗਾ ਪਲੱਸ ਅਸੀਂ ਇਹ ਕਿਆਰੀਆਂ ਵੀ ਇੱਥੇ ਬਣਾਈਆਂ ਹੋਈਆਂ ਸੋ ਜੀ ਸਭ ਤੋਂ ਵੱਧ ਜੇ ਭਾਰ ਗੱਲ ਕਰੀ ਤਾਂ ਮਿੱਟੀ ਜਿਹੜੀ ਉਹ ਮੈਟਰ ਕਰਦੀ ਆ ਸਾਡਾ ਮਿੱਟੀ ਦਾ ਜਿਹੜਾ ਜਿਹੜਾ ਮਿਸ਼ਰਣ ਹੈਗਾ ਜੀ 50% ਅਸੀਂ ਮਿੱਟੀ ਲੈਣੀ ਆ ਜੀ ਉਹਦੇ ਵਿੱਚ ਬਾਕੀ 30% ਅਸੀਂ ਸੁੱਕੇ ਪੱਤੇ ਜਾਂ ਨਾਰੀਅਲ ਦਾ ਬੂਰਾ ਜਿਹਨੂੰ ਕੋਕੋ ਪੀਟ ਕਹਿੰਦੇ ਆ ਸਾਨੀ ਦੇ ਨਾਲ ਆਨਲਾਈਨ ਮਿਲ ਜਾਂਦਾ ਹੈ ਜੀ ਉਹ ਅਸੀਂ ਮਿਕਸ ਕਰਦੇ ਆ ਦੇਖੋ ਮਿੱਟੀ ਇੱਕ ਤਾਂ ਹੌਲੀ ਹੋ ਗਈ ਦੂਸਰਾ ਕੀ ਹੋ ਗਿਆ ਦੋਸਤੋ ਮਿੱਟੀ ਭੁਰਪਰੀ ਹੋ ਜਾਂਦੀ ਹੈ ਤੁਹਾਨੂੰ ਪਤਾ ਹੈ ਮਿੱਟੀ ਮਲਾਇਮ ਹੋਵੇ ਭੁਰਪਰੀ ਹੋਵੇ ਤਾਂ ਜਿਹੜੇ ਬੂਟੇ ਹੁੰਦੇ ਬਹੁਤ ਵਧੀਆ ਗਰੋਥ ਕਰਦੇ ਨੇ ਇਹਦੇ ਵਿੱਚੋਂ ਸੋ ਬਾਕੀ ਦਾ ਜਿਹੜਾ 20% ਰਹਿ ਜਾਂਦਾ 10% ਅਸੀਂ ਉਹਦੇ ਵਿੱਚ ਕੋਈ ਆਰਗੈਨਿਕ ਫਰਟੀਲਾਈਜ਼ਰ ਪਾ ਦਿੰਨੇ ਆ ਜਿਵੇਂ ਕਿਚਨ ਕੰਪੋਸਟ ਹੋ ਗਿਆ ਹਨਾ ਤੇ ਘਰ ਦੇ ਰਸੋਈ ਦੇ ਵਿੱਚ ਹੀ ਤਿਆਰ ਕੀਤੀ ਖਾਦ ਹੁੰਦੀ ਦੋਸਤੋ ਇਹਦੇ ਉੱਪਰ ਵੀ ਪੂਰੀ ਵੀਡੀਓ ਹੈਗੀ ਤੁਸੀਂ ਕਿਸ ਤਰ੍ਹਾਂ ਬਣਾ ਸਕਦੇ ਹੋ ਇਸ ਤੋਂ ਬਾਅਦ ਗਡੋਇਆਂ ਦੀ ਖਾਦ ਤੁਸੀਂ ਪਾ ਸਕਦੇ ਹੋ ਉਹ ਵੀ ਤੁਹਾਨੂੰ ਦੁਕਾਨਾਂ ਉੱਪਰ ਮਿਲ ਜਾਂਦੀ ਹੈ ਜੀ ਉੱਥੇ ਜੇ ਦੋਸਤੋ ਸੁੱਕਾ ਗੋਆ ਉਹ ਤੁਹਾਨੂੰ ਅਸੀਂ ਹੁਣ ਰეკਮੈਂਡ ਨਹੀਂ ਕਰਾਂ ਕਿਉਂਕਿ ਗਰਮੀ ਬਹੁਤ ਜਿਆਦਾ ਹੁੰਦੀ ਆ ਸੋ ਕੋਸ਼ਿਸ਼ ਕਰੋ ਕਿ ਗਡੋਿਆਂ ਦੀ ਖਾਦ ਜਾਂ ਕਿਚਨ ਕੰਪੋਸਟ ਹੀ ਇਹਨਾਂ ਉੱਪਰ ਵਰਤੀ ਜਾਏ ਜੀ ਇਹ ਤਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਅਸੀਂ ਸਟੈਂਡ ਬਣਾਇਆ ਜੀ ਸਟੈਂਡ ਦੇ ਉੱਪਰ ਆ ਅਸੀਂ ਸਾਰੇ ਇੱਥੇ ਬੂਟੇ ਰੱਖੇ ਹੋਏ ਨੇ ਇਸ ਬਤਾਉਂਦੀਆਂ ਹੋਰ ਵੀ ਸਾਡੇ ਕੋਲ ਕਿਸਮਾਂ ਹੈਗੀਆਂ ਚਿੱਟੇ ਲੰਬੇ ਬਤਾਉਂ ਹੈਗੇ ਨੇ ਗਰੋ ਬੈਗਸ ਸੇਮ ਹੈ ਜੀ 12x12 12 ਇੰਚ ਦੇ ਇੱਕ ਸਾਡੇ ਕੋਲ ਇਧਰ ਡ੍ਰੈਗਨ ਫਰੂਟ ਦਾ ਬੂਟਾ ਲੱਗਾ ਜੀ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਕੋਲ ਵਧੀਆ ਕਿਸਮ ਦਾ ਇਹ ਡ੍ਰੈਗਨ ਫਰੂਟ ਹੈਗਾ ਅਸੀਂ ਇਹਦੀ ਪਨੀਰੀ ਜੜੀ ਹੈ ਗਾਂ ਬਨਾਲੀ ਬੜੀ ਸੌਖੀ ਆ ਬਣਾਉਣੀ ਜੀ ਤੁਸੀਂ ਇੱਕ ਅੱਧਾ ਬੂਟਾ ਲੈ ਕੇ ਆਉਣਾ ਬਾਕੀ ਜਿਹੜੀਆਂ ਇਹਦੀਆਂ ਟਾਹਣੀਆਂ ਹੁੰਦੀਆਂ ਨੇ ਦੇਖੋ ਤੁਸੀਂ ਇਹਨਾਂ ਨੂੰ ਕੱਟ ਕੇ ਜਿਹੜਾ ਤੁਸੀਂ ਮਿੱਟੀ ਵਿੱਚ ਲਾ ਦੇਣਾ ਤੇ ਹੌਲੀ-ਹੌਲੀ ਜਿਹੜੀ ਇਹ ਫੁੱਟਣੀਆਂ ਸ਼ੁਰੂ ਜਿੱਦਾਂ ਆਹ ਦੇਖੋ ਇਹਦਾ ਫਟਾਰਾ ਬਣਿਆ ਨਾ ਇਸ ਤਰ੍ਹਾਂ ਜਿਹੜੀਆਂ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਘਰ ਦੇ ਵਿੱਚ ਤੁਸੀਂ ਮਲਟੀਪਲਾਈ ਡ੍ਰੈਗਨ ਫਰੂਟ ਨੂੰ ਕਰ ਸਕਦੇ ਹੋ ਇਧਰ ਜੀ ਸਾਡੇ ਕੋਲ ਕੁਝ ਜਿਹੜੇ ਹੈਗੇ ਨੇ ਅਸੀਂ ਫਲਾਂ ਵਾਲੇ ਬੂਟੇ ਲਾਏ ਨੇ ਆੜੂ ਹੈਗਾ ਜੀ ਤੁਹਾਨੂੰ ਦਿਖਾਇਆ ਪਿਛਲੀ ਵੀਡੀਓ ਦੇ ਵਿੱਚ ਅਮਰੂਦ ਆ ਅੰਗੂਰਾਂ ਦੀ ਵੇਲ ਸਾਡੇ ਕੋਲ ਇੱਥੇ ਹੈਗੀ ਆ ਜੀ ਹੋਰ ਕੁਝ ਬੂਟੇ ਹੈਗੇ ਜਿਹੜਾ ਆਪਾਂ ਅਗਲੀ ਵੀਡੀਓ ਵਿੱਚ ਡਿਟੇਲ ਚ ਲੈ ਕੇ ਆਵਾਂਗੇ ਕਿ ਤੁਸੀਂ ਆਪਣੀ ਛੱਤ ਉੱਪਰ ਫਲਾਂ ਵਾਲੇ ਬੂਟੇ ਕਿਹੜੇ-ਕਿਹੜੇ ਲਾ ਸਕਦੇ ਇਹਨਾਂ ਦੀ ਕਿਹ ਤੁਸੀਂ ਜਿਹੜੀ ਆ ਕਿਵੇਂ ਕਰ ਸਕਦੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਗੱਲ ਕੀਤੀ ਸੀ ਕਿ ਆਹ ਦੇਖੋ ਡਰਮ ਗੋਲ ਕੱਟ ਕੇ ਇੱਕ ਡਰਮ ਤੋਂ ਦੋ ਗਮਲੇ ਬਣ ਜਾਂਦੇ ਆ ਜੀ ਸੋ ਤੁਸੀਂ ਡਰਮਾਂ ਦੀ ਵਰਤੋਂ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਦੇਖੋ ਦੋਸਤੋ ਇਹਨਾਂ ਡਰਾਮਾਂ ਦੀ ਗੱਲ ਕਰ ਲਈਏ ਆਪਾਂ ਇਹਨਾਂ ਗਰੋ ਬੈਗਸ ਦੀ ਗੱਲ ਕਰ ਲਈਏ ਦੇਖੋ ਇਹਨਾਂ ਦੀ ਖਾਸੀਅਤ ਕੀ ਹੈਗੀ ਕਿ ਇਹਨਾਂ ਦਾ ਆਪਣਾ ਵਜ਼ਨ ਬਹੁਤ ਘੱਟ ਹੁੰਦਾ ਨਾ ਮਾਤਰ ਦੇ ਕਰੀਬ ਹੁੰਦਾ ਹੈ ਬਜਾਏ ਕਿ ਆਪਾਂ ਸੀਮਿੰਟ ਵਾਲੇ ਵੱਡੇ ਵੱਡੇ ਗਮਲੇ ਆਪਣੀ ਛੱਤ ਉੱਪਰ ਨਾ ਰੱਖੀਏ ਕਿਉਂਕਿ ਉਹਨਾਂ ਦਾ ਆਪਣਾ ਭਾਰ ਹੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਐਦਾਂ ਸਾਡੇ ਕੋਲ ਜੀ ਜੇ ਤੁਸੀਂ ਗਾਰਡਨਿੰਗ ਵੱਡੇ ਲੈਵਲ ਤੇ ਕਰਨੀ ਹੈ ਸਾਡੇ ਕੋਲ ਵੱਡੀਆਂ ਕਿਆਰੀਆਂ 3 बाई 8 ਫੁੱਟ ਦੀ ਕਿਆਰੀ ਹੈ ਇਹਦੇ ਵਿੱਚ ਅਸੀਂ ਤਾਰਾ ਲਾਈਏ ਦੋਸਤੋ ਜਦੋਂ ਵੀ ਤੁਸੀਂ ਗਮਲਿਆਂ ਦੇ ਵਿੱਚ ਸਬਜ਼ੀਆਂ ਛੱਤ ਉੱਪਰ ਲਾਉਣੀਆਂ ਹੈ ਤਾਂ ਤੁਸੀਂ ਇੱਕ ਤੋਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੈ ਤੁਸੀਂ ਕਦੀ ਵੀ ਇਹਨਾਂ ਗਮਲਿਆਂ ਨੂੰ ਜਾਂ ਗਰੋ ਬੈਗਸ ਨੂੰ ਸਿੱਧਾ ਜ਼ਮੀਨ ਦੇ ਥੱਲੇ ਨਹੀਂ ਰੱਖਣਾ ਇਸ ਤਰ੍ਹਾਂ ਤੁਸੀਂ ਥੋੜਾ ਇਹਨਾਂ ਨੂੰ ਹਵਾ ਦੇ ਵਿੱਚ ਰੱਖਣਾ ਹੈ ਜਿਹੜੀ ਹਵਾ ਥੱਲੇੋਂ ਕ੍ਰੋਸਿੰਗ ਕਰਦੀ ਰਹੇ ਛੱਤ ਨੂੰ ਸਲਾਬ ਇਹਦੇ ਨਾਲ ਨਹੀਂ ਆਉਂਦੀ ਦੂਸਰਾ ਜੀ ਕੀ ਹੁੰਦਾ ਹੈ ਕਿ ਇਹਨਾਂ ਦੇ ਵਿੱਚ ਛੋਟੇ-ਛੋਟੇ ਜਿਹੜੇ ਹੋਲਸ ਹੁੰਦੇ ਨੇ ਜਿਸ ਨਾਲ ਕੀ ਐਕਸਟਰਾ ਪਾਣੀ ਉਹ ਬਾਹਰ ਨਿਕਲ ਜਾਂਦਾ ਜੇ ਥੱਲੇ ਹੋਣਗੇ ਤਾਂ ਪਾਣੀ ਨਿਕਲਣਾ ਮੁਸ਼ਕਲ ਹੋ ਜਾਂਦਾ ਤੁਸੀਂ ਅਦਰ ਦੇਖ ਸਕਦੇ ਜੇ ਸਾਡੇ ਜੇ ਦੋਸਤੋ ਡਰਮ ਵੀ ਹੈਗੇ ਤਾਂ ਅਸੀਂ ਇੱਟਾਂ ਦੇ ਉੱਪਰ ਰੱਖੇ ਹੋਏ ਨੇ ਥੱਲੇੋਂ ਥੋੜਾ ਹਵਾਦਾਰ ਰਹਿਣਾ ਚਾਹੀਦਾ ਇੱਕ ਚੀਜ਼ ਹੋਰ ਧਿਆਨ ਤੁਸੀਂ ਦੇਣਾ ਕਿ ਜਦੋਂ ਇਹ ਬੂਟੇ ਵੱਡੇ ਹੋ ਜਾਂਦੇ ਨੇ ਤੁਹਾਨੂੰ ਪਤਾ ਜੇ ਆਪਾਂ ਛੱਤ ਉੱਪਰ ਰੱਖਿਆ ਤੇਜ਼ ਹਵਾਵਾਂ ਆਉਣੀ ਆ ਤੇ ਇਹਨਾਂ ਦਾ ਟੁੱਟਣ ਦਾ ਜਾਂ ਡਿੱਗਣ ਦਾ ਡਰ ਜ਼ਿਆਦਾ ਹੋ ਜਾਂਦਾ ਤੇ ਤੁਸੀਂ ਦੇਖ ਸਕਦੇ ਕਿ ਅਸੀਂ ਇਸ ਤਰ੍ਹਾਂ ਇਹਨਾਂ ਨੂੰ ਸਹਾਰਾ ਦਿੱਤਾ ਆਪਾਂ ਵਿੱਚ ਡੰਡੇ ਲਾਏ ਡੰਡੇ ਦੇ ਨਾਲ ਇਹਨਾਂ ਬੂਟਿਆਂ ਨੂੰ ਇੱਥੇ ਅਸੀਂ ਬੰਨਿਆ ਹੋਇਆ ਹੈ ਹੋਰ ਦੋਸਤੋ ਕੀ ਕਰ ਸਕਦੇ ਆ ਜਿਵੇਂ ਤੁਸੀਂ ਦੇਖੋ ਇੱਥੇ ਮਿਰਚਾਂ ਜਿਹੜੀਆਂ ਲਾਲ ਹੋ ਚੁੱਕੀਆਂ ਨੇ शिमला ਮਿਰਚਾਂ ਵੀ ਜਿਹੜੀਆਂ ਹੈਗੀਆਂ ਇਹ ਵੀ ਲਗਭਗ ਮੈਚੂਰ ਹੋ ਚੁੱਕੀਆਂ ਜਿਵੇਂ ਹੀ ਫਰੂਟਿੰਗ ਤੁਹਾਡੇ ਬੂਟੇ ਦੇ ਉੱਪਰ ਬਣ ਜਾਂਦੀ ਹੈ ਪੱਕ ਜਾਂਦੀ ਹੈ ਉਹਨੂੰ ਤੁਸੀਂ ਕੋਸ਼ਿਸ਼ ਕਰੋ ਛੇਤੀ ਤੋਂ ਛੇਤੀ ਤੋੜ ਲੈਣ ਦੀ ਸੋ ਅਸੀਂ ਜਿੰਨੀਆਂ ਵੀ ਲਾਲ ਮਿਰਚਾਂ ਹੋਈਆਂ ਜਾਂ शिमला ਮਿਰਚਾਂ ਪੂਰੀਆਂ ਪੱਕ ਚੁੱਕੀਆਂ ਨੇ ਅਸੀਂ ਇਹਨਾਂ ਨੂੰ ਇੱਥੋਂ ਤੋੜ ਲੈਣਾ ਤਾਂ ਕਿ ਜਿਹੜੀ ਨਵੀਂ ਫਰੂਟਿੰਗ ਆ ਸਕੇ ਦੋਸਤੋ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ ਸਮੇਂ ਸਿਰ ਪਾਣੀ ਪਾਉਣਾ ਫਲਾਵਰ ਡ੍ਰੌਪ ਦੀ ਸਮੱਸਿਆ ਹੁੰਦੀ ਹੈ ਫੁੱਲ ਕਿਉਂ ਝੜਦੇ ਨੇ ਇਹਦੀ ਦੋਸਤੋ ਡਿਟੇਲਡ ਵੀਡੀਓ ਹੈਗੀ ਹੈ ਤੁਹਾਨੂੰ ਉੱਪਰ ਦਿੱਤੇ ਲਿੰਕ ਦੇ ਵਿੱਚ ਤੁਸੀਂ ਕਲਿੱਕ ਕਰ ਸਕਦੇ ਹੋ ਤੁਸੀਂ ਜਾਣ ਸਕਦੇ ਹੋ ਕਿ ਫਲਾਵਰ ਡ੍ਰੌਪ ਦੀ ਸਮੱਸਿਆ ਨੂੰ ਆਪਾਂ ਜਿਹੜੇ ਫੁੱਲ ਝੜ ਜਾਂਦੇ ਉਹ ਸਮੱਸਿਆ ਨੂੰ ਆਪਾਂ ਘੱਟ ਕਿਵੇਂ ਕਰ ਸਕਦੇ ਹਾਂ ਬਾਕੀ ਐਕਸਟ੍ਰੀਮ ਗਰਮੀਆਂ ਜੇ ਛੱਤ ਉੱਪਰ ਤੁਸੀਂ ਗਾਰਡਨ ਬਣਾਇਆ ਇਵਨ ਜੇ ਕੋਸ਼ਿਸ਼ ਕਰੋ ਜੇ ਤੁਸੀਂ ਕਿਤੇ ਗਾਰਡਨ ਥੱਲੇ ਤੁਸੀਂ ਕਿਤੇ ਬਣਾਇਆ ਹੋਇਆ ਹੈ ਧਰਤੀ ਦੇ ਉੱਪਰ ਦੋਸਤੋ ਉਹਨੂੰ ਉਹਨੂੰ ਕਵਰ ਜਰੂਰ ਕਰੋ ਕਿਉਂਕਿ ਇੰਨੀ ਜਿਆਦਾ ਐਕਸਟ੍ਰੀਮ ਹੀਟ ਆ ਇਹਨਾਂ ਬੂਟਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ 47 48 ਡਿਗਰੀ ਟੈਂਪਰੇਚਰ ਇਹਨਾਂ ਵਾਸਤੇ ਬਹੁਤ ਜ਼ਿਆਦਾ ਹੁੰਦਾ ਜੇਰਾ ਤੁਸੀਂ ਦੋਸਤੋ ਪਾਣੀ ਦੇਣਾ ਕਦੀ ਵੀ ਤੁਸੀਂ ਦੁਪਹਿਰੇ ਪਾਣੀ ਇਹਨਾਂ ਉੱਪਰ ਨਹੀਂ ਦੇਣਾ ਪਾਣੀ ਹਮੇਸ਼ਾ ਤੁਸੀਂ ਸ਼ਾਮ ਨੂੰ ਦਿਓ ਜਾਂ ਕੋਸ਼ਿਸ਼ ਕਰੋ ਸਵੇਰੇ ਤੜਕੇ ਇਹਨਾਂ ਨੂੰ ਪਾਣੀ ਜਿਹੜਾ ਦੇ ਦਿੱਤਾ ਜਾਵੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਕੇਵਲ ਇੰਨਾ ਹੀ ਅਗਲੇ ਪਾਰਟ ਦੇ ਵਿੱਚ ਅਸੀਂ ਆਪਣੇ ਗਾਰਡਨ ਦੇ ਦੂਸਰੇ ਹਿੱਸੇ ਲੈ ਕੇ ਆਵਾਂਗੇ ਜਿਵੇਂ ਤੁਹਾਨੂੰ ਅਸੀਂ ਦੱਸਿਆ ਕਿ ਅਸੀਂ ਤਕਰੀਬਨ 500 ਤੋਂ ਵੱਧ ਗਮਲੇ ਜਿਹੜੇ ਨੇ ਆਪਣੇ ਗਾਰਡਨ ਦੇ ਉੱਪਰ ਰੱਖੇ ਨੇ ਕਿਆਰੀਆਂ ਨੇ ਸਾਡੇ ਕੋਲ ਤੇ ਡਰਾਮਾ ਦੇ ਵਿੱਚ ਸਾਡੇ ਕੋਲ ਫਲਾਂ ਵਾਲੇ ਬੂਟੇ ਨੇ ਉਹ ਵੀ ਵੀਡੀਓ ਲੈ ਕੇ ਆਵਾਂਗੇ ਕਿ ਤੁਸੀਂ ਛੱਤ ਉੱਪਰ ਕਿਹੜੇ-ਕਿਹੜੇ ਫਲਾਂ ਵਾਲੇ ਬੂਟੇ ਲਾ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਭਰਪੂਰ ਫਰੂਟਿੰਗ ਮਿਲ ਸਕਦੀ ਆ ਉਹ ਫਲ ਜਿਹੜੇ ਨੇ ਛੱਤ ਉੱਪਰ ਲੱਗਦੇ ਹੀ ਹੈਗੇ ਨੇ ਸੋ ਦੋਸਤੋ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਇਸ ਵੀਅਸ ਦੇ ਵਿੱਚ ਕਿ ਅਗਲੀ ਵਾਰ ਆਪਾਂ ਫਿਰ ਇੱਕ ਨਵੀਂ ਵੀਡੀਓ ਵਿੱਚ ਮਿਲਾਂਗੇ ਤੁਹਾਡੇ ਵਾਸਤੇ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੇ ਜੇ ਤੁਹਾਡੇ ਕੋਲ ਕੁਝ ਸਜੈਸ਼ਨਸ ਹੈਗੇ ਨੇ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੀ ਬਾਕੀ ਜਾਂਦੇ ਆ ਦੇ ਦੋਸਤੋ ਤੁਹਾਨੂੰ ਦਿਖਾ ਦਈਏ ਕਿ ਅਸੀਂ ਕੁਝ ਆਰਗੈਨਿਕ ਜਿਹੜੇ ਇੱਥੇ ਹੱਲ ਵੀ ਕੀਤੇ ਹੋਏ ਨੇ ਇਹ ਗਲੂਸ ਟਿਪਸ ਅਸੀਂ ਲਾਏ ਨੇ yellow glue sticks ਇਹਨਾਂ ਨੂੰ ਦੋਸਤੋ ਕਿੰਨੇ ਛੋਟੇ ਛੋਟੇ ਮੱਖੀਆ ਮੱਛਰ ਇਹਨਾਂ ਦੇ ਉੱਪਰ ਆ ਕੇ ਇੱਥੇ ਜਿਹੜੇ ਆ ਜੁੜ ਜਾਂਦੇ ਨੇ ਜਿਹਦੇ ਨਾਲ ਸਾਡੇ ਇਹ ਜਿਹੜੇ ਪੌਦੇ ਜਿਹੜੇ ਆ ਖਰਾਬ ਨਹੀਂ ਹੁੰਦੇ ਇਸੇ ਤਰੀਕੇ ਨਾਲ ਫਰੂਟ ਫ्लाई Trap ਹੈਗਾ ਦੋਸਤੋ ਇਹਦੇ ਉੱਪਰ ਵੀ ਡਿਟੇਲਡ ਆਪਣੀਆਂ ਵੀਡੀਓ ਹੈਗੀਆਂ ਨੇ ਕੀ ਕੰਮ ਕਰਦੇ ਨੇ ਕਿਸ ਤਰ੍ਹਾਂ ਇਸ ਨੂੰ ਇੰਸਟਾਲ ਕਰ ਸਕਦੇ ਆ ਸੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਗਾਰਡਨਿੰਗ ਕਰਦੇ ਰਹੋ ਕੁਦਰਤ ਨਾਲ ਜੁੜੇ ਰਹੋ ਹੱਸਦੇ ਰਹੋ ਤੇ ਵਸਦੇ ਰਹੋ